ਅੱਛਾ ਮੈਂ ਤੁਹਾਨੂੰ ਇੱਕ ਮਸ਼ੀਨ ਦਿਖਾਉਣਾ ਇਹ ਫੈਟ ਦਾ ਪੂਰਾ ਗਿੱਧਾ ਪਾਉਂਦੀ ਆ ਮੈਂ ਮੋਸਟਲੀ ਆਪਣੇ ਕਲਾਇੰਟਾਂ ਨੂੰ ਇਹਦੇ ਦੀ ਕਾਰਡੀਓ ਕਰਨਾ ਰეკਮੈਂਡ ਕਰਦਾ ਇੰਡੀਆ ਦੇ ਵਿੱਚ ਇਹ ਮਸ਼ੀਨ 5-6 ਲੱਖ ਦੀ ਆ ਜੇ ਵਧੀਆ ਬ੍ਰਾਂਡ ਦੀ ਲੈਣੀ ਆ ਜ਼ਿਆਦਾਤਰ ਜਿੰਮਾਂ ਦੇ ਵਿੱਚ ਨਹੀਂ ਹੁੰਦੀ ਪਰ ਹਰ ਇੱਕ ਬੰਦੇ ਦੇ ਘਰੇ ਥੋੜੀਆਂ ਚਾਹੇ ਬਹੁਤੀਆਂ ਪੌੜੀਆਂ ਜ਼ਰੂਰ ਹੁੰਦੀਆਂ ਨੇ ਤੇ ਤੁਸੀਂ ਉੱਠ ਕੇ ਜੇ ਫੈਟ ਘਟਾਉਣੀ ਆ ਤਾਂ ਐਮਪਟੀ ਸਟਮਕ ਵਿੱਚ ਜ਼ਰੂਰ ਲਾਇਆ ਕਰੋ ਇੱਕ ਮੇਰਾ ਕਲਾਇੰਟ ਸੀ ਮੈਂ ਤੁਹਾਨੂੰ ਦੱਸਦਾ ਉਹ ਕਹਿੰਦਾ ਬਾਈ ਜਿੰਮ ਦਾ ਟਾਈਮ ਨਹੀਂ ਹੁੰਦਾ ਕੰਮਕਾਰ 'ਚ ਬਿਜ਼ੀ ਆ ਇੰਡੀਆ ਦੇ ਸੀਗਾ ਬਾਈ ਤੇ ਅਸੀਂ ਉਹਨੂੰ ਪੁੱਛਿਆ ਕਿ ਬਾਈ ਘਰੇ ਪੌੜੀਆਂ ਹੈਗੀਆਂ ਨੇ ਉਹ ਕਹਿੰਨ ਹੈਗੇ ਨੇ ਅੱਜ ਕੇ ਧਿਆਨ ਨਾਲ ਉੱਥੇ ਤੁਸੀਂ ਡੇਲੀ 40-45 ਮਿੰਟ ਚੜ ਜਾਣਾ ਉਤਰ ਜਾਣਾ ਜਿਆਦਾ ਸਾਹ ਚੜਦਾ ਥੋੜਾ ਜਿਹਾ ਸਲੋ ਹੋ ਜਵੇ ਬਾਈ ਦਾ 10 ਕਿਲੋ ਵਜਨ ਘਟ ਗਿਆ ਘਰੇ ਡੰਡ ਬੈਠ ਕੇ ਤੇ ਪੌੜੀਆਂ ਲਾਉਣ ਵਾਲੇ ਤੇ 10-12 ਕਿਲੋ ਇੱਕ ਕੁੜੀ ਦਾ ਵਜਨ ਘਟਿਆ ਸਿਰਫ ਘਰ ਦੀਆਂ ਪੌੜੀਆਂ ਲਾਉਣ ਵਾਲੇ ਉਹ ਵੀ ਕੁੜੀ ਆਪਣਾ ਨਾਲ ਪਾਣੀ ਲੈ ਲੈਂਦੀ ਸੀ ਪੌੜੀਆਂ ਚੜ ਜਾਣਾ ਉਤਰ ਜਾਣਾ ਚੜ ਜਾਣਾ ਉਤਰ ਜਾਣਾ ਸਾਹ ਚੜ ਗਿਆ ਰੁਕ ਗਈ ਫੇਰ ਉਤਰ ਜਾਣਾ ਚੜ ਜਾਣਾ ਮਤਲਬ ਬਹਾਨਾ ਕੋਈ ਨਹੀਂ ਐਨੀ ਮਹਿੰਗੀ ਮਸ਼ੀਨ ਵਾਲੀ ਚੀਜ਼ ਤੁਸੀਂ ਘਰੇ ਫ੍ਰੀਚ ਕਰ ਸਕਦੇ ਹੋ ਮਹੀਨਾ ਤੋਂ ਮ